ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਂਦੀ ਅਮੀਰ ਕੌਮ ਦੇ ਸੇਵਾਦਾਰ ਗੁਰੂ ਦਾ ਵਜ਼ੀਰ ਕੋ ਹੋਣ ਵਾਲੇ ਪਾਠੀ ਸਿੰਘਾਂ ਨੂੰ ਅੰਤ ਵਿੱਚ ਖਾਣੀਆਂ ਪੈਂਦੀਆਂ ਹਨ ਠੋਕਰਾਂ ਇਸ ਤਰ੍ਹਾਂ ਹੀ ਪਿੰਡ ਢੱਡੂਗਲ ਦਾ ਪਾਠੀ ਭਾਈ ਗੁਰਚੰਦ ਸਿੰਘ ਜੋ ਕਿ ਪਾਠਾਂ ਦਾ ਕੰਮ ਕਰਦਾ ਸੀ ਉਹ ਆਪਣੀਆਂ ਦੋਹੇ ਲੱਤਾਂ ਤੋਂ ਤੁਰ ਵੀ ਨਹੀਂ ਸਕਦੇ ਅਤੇ ਇੱਕ ਅੱਖ ਤੋਂ ਦੇਖਣਾ ਬੰਦ ਹੋ ਗਿਆ ਇੱਕ ਡੇਢ ਖਾਨ ਦੇ ਕਮਰੇ ਵਿੱਚ guzara ਕਰ ਰਿਹਾ ਹੈ ਉਸ ਵਿੱਚ ਕੋਈ ਬਾਥਰੂਮ ਵੀ ਨਹੀਂ ਬਣਿਆ ਤੇ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੈ ਉਸਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਗੁਹਾਰ ਲਗਾਈਏ ਮਲੇਰਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ੍ਰੀਕਾਰ ਜੀ ਜੈਪੀ ਮ ਜੈ ਭਾਰਤ ਅੱਜ ਅਸੀਂ ਪਹੁੰਚਾ ਆਪਣਾ ਢੋਗਲ ਵਿਖੇ ਜਿੱਥੇ ਕਿ ਇੱਕ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਸੇਵਾ ਕਰ ਚੁੱਕੇ ਪਹਿਲਾਂ ਵਧੀਆ ਢੰਗ ਨਾਲ ਜੋ ਵਿਚਰਦੇ ਰਹੇ ਨੇ ਪਬਲਿਕ ਦੇ ਨਾਲ ਕਮੇਟੀਆਂ ਦੇ ਨਾਲ ਸੋ ਅੱਜ ਉਹ ਆਪਣੇ ਇੱਕ ਡੇਢ ਖਾਨੇ ਦੇ ਰੂਮ ਦੇ ਵਿੱਚ ਬੈਠ ਕੇ ਨਰਕ ਪਰ ਜ਼ਿੰਦਗੀ ਜਿਉ ਰਹੇ ਨੇ ਆਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ ਇਹ ਹੀ ਕਾਰਨ ਜਿਹੜਾ ਹੈਗਾ ਇਸ ਦਾ ਮੁੱਖ ਕਾਰਨ ਕੀ ਹੈ ਕਿਉਂ ਇੰਨੇ ਜੋ ਮਾੜੇ ਦਿਨ ਦੇਖਣੇ ਪੈ ਰਹੇ ਨੇ ਜਿਨ੍ਹਾਂ ਦੇ ਕੋਲੇ ਡੇਢ ਖਾਨੇ ਦਾ ਕਮਰਾ ਇਸ ਦੇ ਨਾਲ ਨਾਲ ਕੋਈ ਬਾਥਰੂਮਾਂ ਤੇ ਨਾ ਹੀ ਕੋਈ ਫਲਾਸਦਾ ਮਰਬੰਦ ਹੈਗਾ ਜੋ ਇਹਨਾਂ ਦੀ ਲਾਈਟ ਹੈਗੀ ਉਹ ਵੀ ਆਪਣੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਨਸ਼ਨ ਦੇ ਵਿੱਚੋਂ 750 ਪੈਨਸ਼ਨ ਦੇ ਵਿੱਚੋਂ ਬਿਜਲੀ ਦਾ ਬਿੱਲ ਭਰਿਆ ਜਾਂਦਾ ਨਾਲ ਬਿਜਲੀ ਦਾ ਬਿੱਲ ਮਾਫ ਇਹਨਾਂ ਨੂੰ ਪਾਣੀ ਦਾ ਵੀ ਕੋਈ ਟੂਟੇ ਨਹੀਂ ਹੈਗੇ ਵਿਚਾਰੇ ਪਤਾ ਨਹੀਂ ਕਿੱਥੋਂ ਕਿੱਥੋਂ ਪਾਣੀ ਦਾ ਬੋਤਲਾਂ ਭਰ-ਭਰ ਕੇ ਲੈ ਆ ਕੇ ਆਪਣੇ ਕੋਲੇ ਰੱਖਦੇ ਹਨ ਇਸੇ ਕਮਰੇ ਦੇ ਵਿੱਚ ਵਿੱਚ ਬਹਿ ਕੇ ਜੋ ਇਹ ਨਿਤਨੇਮ ਕਰਦੇ ਹਨ ਇੱਥੇ ਆਪਣੇ ਜੋ ਸੌਂਦੇ ਹਨ ਅਸੀਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਕਮਰੇ ਦਾ ਹਾਲਾਤ ਔਰ ਗੱਲ ਕਰਾਵਾਂਗੇ ਭਾਈ ਸਾਹਿਬ ਦੇ ਨਾਲ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਚਰਨ ਸਿੰਘ ਸਾਨੋਪ ਭੁਪਿੰਦਰ ਸਿੰਘ ਪਿੰਡ ਟਟੋਗਲ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਦਾ ਰਹਿਣ ਵਾਲਾ ਹਾਂ ਜੀ ਕੁਝ ਸਾਲ ਹੋਏ ਜੋ ਕਿ ਮੈਂ ਗ੍ਰੰਥੀਆਂ ਨਾਲ ਵਿਚਰਦਾ ਰਿਹਾ ਤੇ ਉਹਨਾਂ ਨੇ ਮੈਨੂੰ ਪ੍ਰੋਗਰਾਮ ਵੀ ਦਿੱਤੇ ਤੇ ਤਹਿ ਦਿਲੋਂ ਧੰਨਵਾਦੀ ਹਾਂ ਉਪਰੰਤ ਐਸਾ ਸਮਾਂ ਆ ਗਿਆ ਜਿਨ੍ਹਾਂ ਨੇ ਮੇਰੇ ਸਰੀਰ ਦੇ ਉੱਤੇ ਹੀ ਟਿੱਪਾ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਵੀ ਤੂੰ ਅੰਗਹੀਣਾ ਹੈ ਅਤੇ ਤੂੰ ਪਾਠ ਕਰਨ ਦੇ ਸਮਰੱਥ ਨਹੀਂ ਉਸ ਕਾਰਨ ਮੈਂ ਗਰੀਬੀ ਗਰੀਬੀ ਰੇਖਾ ਦੇ ਵਿੱਚ ਆ ਚੁੱਕਿਆ ਅਤੇ ਜੋ ਕਾਰਨ ਹੈ ਵੀ ਮੈਨੂੰ ਹੁਣ ਗ੍ਰੰਥੀ ਸਿੰਘ ਕਿਉਂ ਕਹਿੰਦੇ ਨੇ ਵੀ ਤੂੰ ਪਾਠ ਤੇ ਨਹੀਂ ਲੱਗ ਸਕਦਾ ਕਈ ਗ੍ਰੰਥੀਆਂ ਵਿੱਚ ਐਸੀ ਘਾਟਾਂ ਨੇ ਜੋ ਕਿ ਕਈ ਗ੍ਰੰਥੀ ਸਿੰਘਾਂ ਨੂੰ ਮੈਂ ਖੁਦ ਆਪਣੇ ਅੱਖਾਂ ਦੇ ਨਾਲ ਨਸਾ ਨਸ਼ੇ ਦਾ ਸੇਵਨ ਕਰਦੇ ਆ ਅਤੇ ਬਿਆਨਤ ਗਲਤੀਆਂ ਕਰਦੇ ਆ ਵੀ ਅੱਖਾਂ ਨਾਲ ਦੇਖਿਆ ਉਹਨਾਂ ਨੇ ਸੱਚ ਬਰਦਾਸ਼ਤ ਨਹੀਂ ਕੀਤਾ ਮੈਨੂੰ ਪਾਠ ਤੇ ਵਿੱਚੋਂ ਲੱਗਣੋਂ ਹਟਾ ਦਿੱਤਾ ਤੇ ਕਈ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਦਾ ਸਮਾਂ ਕਿਹੜਾ ਹੈ ਤੇ 750 ਰੁਪਿਆ ਹੀ ਮੇਰੀ ਪੈਨਸ਼ਨ ਆਉਂਦੀ ਹੈ ਸਰ ਮੈਨੂੰ ਅੱਜ ਪਤਾ ਲੱਗਿਆ ਉਹ ਵੀ মিডিਆ ਰਾਹੀਂ ਵੀ 1500 ਰੁਪਿਆ ਪੈਨਸ਼ਨ ਹੋ ਚੁੱਕੀ ਹੈ ਸੋ ਸਤਿਗੁਰੂ ਕਿਰਪਾ ਕਰਨ ਜੇ ਹੋ ਚੁੱਕੀ ਹੈ ਤਾਂ ਧੰਨਵਾਦ ਹੈ ਸਰਕਾਰ ਦਾ ਅਤੇ মিডিਆ ਵਾਲਿਆਂ ਨੂੰ ਵੀ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਮੇਰੀ ਜੋ ਇਹ ਮਦਦ ਕਰ ਰਹੇ ਹਨ মিডিਆ ਰਾਹੀਂ ਧੰਨਵਾਦੀ ਹਾਂ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਮੇਰੇ ਕੋਲ ਨਾ ਕੋਈ ਲੈਟਰਿੰਗ ਹੈ ਨਾ ਕੋਈ ਬਾਥਰੂਮ ਹੈ ਤੇ ਪਾਣੀ ਦੀਏ ਬੋਤਲਾਂ ਵੀ ਮੈਂ ਕਦੇ ਕਿਤੋਂ ਲਿਆਉਣਾ ਪੜਕੇ ਕਦੇ ਕਿਤੋਂ ਤੇ ਕੁਝ ਦਿਨ ਹੋ ਗਏ ਜੋ ਕਿ ਕੁਝ ਸਰਾਰਤੀ ਸਰਾਰਤੀ ਅਨਸਰਾਂ ਦੇ ਜਿਹੜੇ ਨਸ਼ਾ ਇਹ ਪੱਤੇ ਦਾ ਸੇਵਨ ਕਰਦੇ ਹਨ ਉਹਨਾਂ ਨੇ ਮੈਨੂੰ ਗੁਰੂ ਘਰੋਂ ਵੀ ਜਾਣਾ ਰੋਕਿਆ ਹੋਇਆ ਇੱਕ ਮਹੀਨਾ ਹੋ ਗਿਆ ਮੈਂ ਆਪਣੇ ਛੋਟੇ ਜਿਹੇ ਰੂਮ ਵਿੱਚ ਬੈਠਾ ਤੇ ਗੁਰੂ ਘਰ ਨਾ ਤੇ ਮੈਨੂੰ ਕਿਸੇ ਪ੍ਰਬੰਧਕ ਕਮੇਟੀ ਨੇ ਰੋਕਿਆ ਨਾ ਕਿਸੇ ਪੰਚਾਇਤ ਨੇ ਰੋਕਿਆ ਜੇ ਰੋਕਿਆ ਤੇ ਕੁਝ ਸਰਾਰਤੀ ਜਿਹੜੇ ਸਰਾਰਤ ਕਰਨ ਵਾਲੇ ਨੇ ਅਨਸਰ ਉਹਨਾਂ ਨੇ ਰੋਕਿਆ ਮੈਂ ਪ੍ਰਬੰਧਕ ਕਮੇਟੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਅਤੇ ਸਮੂਹ ਪ੍ਰਬੰਧਕ ਜੋ ਪੰਚਾਇਤ ਹੈ ਨਗਰ ਪੰਚਾਇਤ ਵੀ ਤੁਸੀਂ ਇਹਨਾਂ ਨੂੰ ਕਿਹੜੀ ਗੱਲ ਅਥਾਰਟੀ ਦਿੱਤੀ ਹੈ ਤੁਹਾਡਾ ਹੀ ਨਾਮ ਲੈਂਦੇ ਹਨ ਵੀ ਸਾਨੂੰ ਪੰਚਾਇਤ ਨੇ ਕਿਹਾ ਹੈ ਸਾਨੂੰ ਪ੍ਰਬੰਧਕ ਕਮੇਟੀ ਨੇ ਕਿਹਾ ਜਿਹੜੇ ਗੱਲਾਂ ਕਰ ਰਹੇ ਮੈਂ ਪੰਚਾਇਤ ਨੂੰ ਅਤੇ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਨਾਮ ਵੀ ਦੱਸ ਸਕਦਾ ਜੇ ਮੈਂ ਚਾਹਾਂ ਉਹਨਾਂ ਦੇ মিডিਆ ਰਾਹੀਂ ਵੀ ਨਾਮ ਦੱਸ ਸਕਦਾ ਫਿਰ ਪਰ ਮੈਂ ਫਿਰ ਵੀ ਭਲਾ ਸੋਚਦਾ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ੀ ਇਹਨਾਂ ਦਾ ਭਲਾ ਕਰਨੀ ਜੋ ਆਪਣਾ ਇਹ ਜਿਹੜੀ ਇਹਨਾਂ ਦੀ ਮਤਮੈਲੀ ਹੋ ਚੁੱਕੀ ਉਹ ਸਾਫ ਹੋ ਜਾਵੇ ਬੇਨਤੀ ਹੈ ਭਗਤ ਫਰੀਦ ਜੀ ਵੀ ਬਚਨ ਕਰਦੇ ਹਨ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਇਹਨਾਂ ਨੇ ਮੇਰੇ ਤੱਕ ਇਦਾਂ ਦੇ ਸ਼ਬਦ ਵਰਤਿਆ ਵੀ ਕੁਝ ਦਿਨ ਹੋ ਗਏ ਕੁਝ ਗੁਰਮੁਖ ਪਿਆਰੇ ਜਿੰਨਾ ਆਪਾ ਪ੍ਰੇਮੀ ਵੀ ਕਹਿ ਸਕਦਾ ਕਿ ਉਹ ਸਾਜ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਹੜੇ ਇਨਸਾਨੀਅਤ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੇ ਮੇਰੀ ਕੁਝ ਮਦਦ ਕੀਤੀ ਸੀ ਅਤੇ ਕੁਝ ਸਰਾਰਤੀ ਤੱਤਵਾਂ ਨੇ ਸਰਤਾ ਸਰਾਰਤੀ ਬੰਦਿਆਂ ਨੇ ਟਿੱਪਾ ਟਿੱਪਣੀ ਕੀਤੀ ਜਿਨ੍ਹਾਂ ਨੇ ਮੇਰੇ ਤੱਕ ਭੈੜੇ ਸ਼ਬਦ ਵਰਤੇ ਉਹ ਕਹਿੰਦੇ ਵੀ ਕੱਲ ਨੂੰ ਕਿਤੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਨਾ ਕਰਾ ਦੇਵੀਂ ਮੈਂ ਬੇਨਤੀ ਕਰਦਾ ਵੀ ਜੇ ਤੁਹਾਡੀ ਸੋਚ ਉਹਨਾਂ ਦੀ ਹੈ ਤੁਸੀਂ ਇਹ ਕਦੇ ਸੋਚ ਲਿਆ ਵੀ ਜਿਹੜੀ ਸੋਚ ਤੁਹਾਡੀ ਉਹ ਮੇਰੀ ਵੀ ਹੋ ਸਕਦੀ ਹੈ ਕਦੇ ਤੁਸੀਂ ਮੇਰੇ ਨਾਲ ਸਿੱਧੀ ਗੱਲਬਾਤ ਆ ਕੇ ਕੀਤੀ ਬਿਨਾ ਗੱਲ ਤੋਂ ਤੁਸੀਂ ਤੁਮ ਤਾਂ ਲਾਉਂਦੇ ਫਿਰਦੇ ਹੋ ਭਰਾਵਾ ਇਹ ਗਰੀਬੀ ਦਾ ਕੋਈ ਪਤਾ ਨਹੀਂ ਕਿਹਦੇ ਉੱਤੇ ਆ ਜਾਵੇ ਗਰੀਬੀ ਤੇ ਅਮੀਰੀ ਦੋਨੇ ਸੱਕੀਆਂ ਭੈਣਾ ਹੁੰਦੀਆਂ ਨੇ ਅੱਜ ਸਮਾਂ ਮੇਰੇ ਤੇ ਹੈ ਕੱਲ ਨੂੰ ਤੁਹਾਡੇ ਤੇ ਵੀ ਆ ਸਕਦਾ ਮੈਂ ਰੱਬ ਆ ਕੇ ਅਰਦਾਸ ਕਰਾਂ ਵੀ ਜਿਹੜਾ ਸਮਾਂ ਮੇਰੇ ਤੇ ਚੱਲ ਰਿਹਾ ਉਹ ਤੁਹਾਡੇ ਤੇ ਨਾ ਆ ਜੇ ਕਿਤੇ ਮੈਂ ਬੇਨਤੀ ਕਰਾਂਗੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੋ ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਮੇਰੀ ਇੱਕ ਤਾਂ ਅੱਖ ਖਰਾਬ ਐ ਸੱਜੀ ਇੱਕ ਮੇਰੀ ਖੱਬੀ ਬਾਹ ਖਰਾਬ ਐ ਦੋਨਾਂ ਲੱਤਾਂ ਤੋਂ ਅੱਜਾਂ ਹਾਂ ਤੁਰ ਨਹੀਂ ਸਕਦਾ ਰੁੜ ਕੇ ਜਾਨਾ ਮੇਰੀ ਜੋ 62 ਰਾਈਸਾਈਕਲ ਖੜੀ ਐ ਉਹ ਵੀ ਟੁੱਟੀ ਹੋਈ ਐ ਖਰਾਬ ਐ ਬਿਜਲੀ ਬਿਜਲੀ ਦਾ ਜੋ ਬਿੱਲ ਐ ਉਹ ਮੈਂ ਕਦੇ ਕਿਸੇ ਗੁਰਮੁਖ ਪਿਆਰੇ ਤੋਂ ਪੈਸੇ ਫੜ ਕੇ ਲੈ ਕੇ ਆਉਣਾ ਕਦੇ ਕਿਤੇੋਂ ਪੈਸੇ ਫੜ ਕੇ ਬਿੱਲ ਭਰਦਾ ਨਾ ਮੇਰੇ ਕੋਲ ਕੋਈ ਦਵਾਈ ਬੂਟੀ ਖਰੀਦਣ ਵਾਸਤੇ ਕੋਈ ਮਾਇਆ ਕੁਝ ਵੀ ਨਹੀਂ ਹੈ ਮੇਰੇ ਕੋਲ ਇੱਥੇ ਤੱਕ ਮੈਂ ਆਪਣੇ ਸੀਸ ਤੇ ਜੋ ਦਸਤਾਰ ਸਜੀ ਹੋਈ ਹੈ ਇਹ ਇਹ ਵੀ ਖਰੀਦਣ ਵਾਸਤੇ ਮੇਰੇ ਕੋਲ ਇੱਕ ਰੁਪਇਆ ਵੀ ਨਹੀਂ ਮੈਂ ਆਪਣੀ ਦਸਤਾਰ ਵੀ ਖਰੀਦ ਸਕਾਂ ਜੋ ਚੋਲਾ ਪਾਇਆ ਉਹ ਵੀ ਕਿਸੇ ਗੁਰਮੁਖ ਪਿਆਰੇ ਨੇ ਦਿੱਤਾ ਸੀ ਬਾਬਾ ਤੂੰ ਆਹ ਚੋਲਾ ਉਹਨਾਂ ਚਰਪਾਲਾ ਜਿੰਨਾਂ ਜਿਹੜਾ ਕੋਈ ਤੇਰਾ ਹੀਲਾ ਨਹੀਂ ਬਣ ਜਾਂਦਾ ਹੁਣ ਤੁਸੀਂ ਇਹ ਦੱਸੋ ਜਿਹੜਾ ਮੇਰੀ ਹਾਲਾਤ ਨੇ ਇਸ ਵੇਲੇ ਇਸ ਹਾਲਾਤਾਂ ਦਾ ਨਜਾਇਜ਼ ਫਾਇਦਾ ਕੁਝ ਸਰਾਰਤੀ ਅੰਸਰ ਉਠਾ ਰਹੇ ਹਨ ਉਹ ਕਹਿੰਦੇ ਨੇ ਵੀ ਜਾਂ ਤੇ ਤੂੰ ਸ਼ਰਾਬੀ ਸ਼ਰਾਬ ਦੇ ਠੇਕਿਆਂ ਤੇ ਬੈਠ ਜਾ ਬੋਤਲਾਂ ਵੇਚਿਆ ਅਗਰ ਸ਼ਰਾਬ ਦੀਆਂ 4 ਪੈਸੇ ਆ ਜਾਣਗੇ ਜਾਂ ਤੂੰ ਆਂਡਾ ਮੀਟ ਵੇਚਣ ਲੱਗ ਜਾ ਇਹ ਗੁਰਮੁ ਪਿਆਰੇ ਹੁਣ ਤੁਸੀਂ ਦੇਖਣਾ ਹੈ ਸਮੂਹ ਜਥੇਬੰਦੀਆਂ ਨੇ ਸਮੂਹ ਖਾਲਸੇ ਪੰਥ ਨੇ ਅਤੇ ਮੌਜੂਦਾ ਜੋ ਸਰਕਾਰ ਹੈ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਚੰਨੀ ਜੀ ਜੋ ਮੌਜੂਦਾ ਹੁਣ ਮੁੱਖ ਮੰਤਰੀ ਬਣੇ ਨੇ ਉਹ ਵੀ ਗਰੀਬੀ ਰੇਖਾ 'ਚ ਉੱਠ ਕੇ ਏ ਤੁਸੀਂ ਦੇਖਣਾ ਵੀ ਤੁਸੀਂ ਮੈਨੂੰ ਬਾਣ ਗੁਰਬਾਣੀ ਤੋਂ ਤੋੜਨਾ ਚਾਹੁੰਦੇ ਹੋ ਕਿ ਸਤਗੁਰਾਂ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਇਹ ਤੁਸੀਂ ਦੇਖਣਾ ਕੱਲ ਨੂੰ ਹਰ ਇੱਕ ਕਹਿੰਦਾ ਜੀ ਉਹ ਸਰਸੇ ਕਿਉਂ ਜਾਣ ਲੱਗਿਆ ਉਹ ਬਿਆਸ ਕਿਉਂ ਜਾਂਦਾ ਹੈ ਉਹ ਪਿੰਨ ਪਨੇਹਾਰਾ ਵਾਲੇ ਕੋਲ ਕਿਉਂ ਜਾਂਦਾ ਮੈਂ ਜਾਣ ਕਿਤੇ ਨਹੀਂ ਲੱਗਿਆ ਤੇ ਨਾ ਉਹ ਨੋਬਤ ਆਵੇ ਇਹ ਹੁਣ ਤੁਸੀਂ ਦੇਖਣਾ ਸਮਾਜਿਕ ਲੋਕਾਂ ਨੇ ਹੁਣ ਉਧਰ ਲੋਕ ਕਿਉਂ ਜਾਂਦੇ ਨੇ ਏਸੀ ਗੱਲੋਂ ਜਾਂਦੇ ਨੇ ਵੀ ਸਾਡੀ ਕੋਈ ਮਦਦ ਨਹੀਂ ਹੁੰਦੀ ਉਹ ਮਦਦ ਕਰ ਦਿੰਦੇ ਨੇ ਫੁੱਲ ਬੰਦਾ ਆਟੋਮੈਟਿਕ ਉਧਰ ਜਾਂਦਾ ਜੀ ਉਹਦੀ ਜਮੀਰ ਫਿਰ ਉਧਰ ਜਾ ਗੁਰਦੀ ਹੈ ਵੀ ਮੈਨੂੰ ਜਿੱਥੋਂ ਕੁਝ ਮਿਲੇਗਾ ਮੈਂ ਉਧਰ ਹੀ ਜਾਵਾਂਗਾ ਮੈਂ ਦੂਜਿਆਂ ਤੋਂ ਕੀ ਲੈਣਾ ਅੱਛਾ ਬਾਬਾ ਜੀ ਤੁਹਾਡਾ ਜੋ ਕੰਟਰੈਕਟਰ ਨੰਬਰ ਹੈ ਕਿ ਮੋਬਾਈਲ ਨੰਬਰ ਜਿਹਦੇ ਸੰਗਤਾਂ ਸੁਣਨਾ ਕੰਟੈਕਟ ਕਰਕੇ ਥੋੜੀ ਮਦਦ ਕਰ ਸਕਦੇ ਨੇ ਕੰਟਰੈਕਟਰ ਨੰਬਰ ਦੱਸੋ ਸੰਗਤਾਂ ਨੂੰ ਕੀ ਆਪਣਾ 8872924661 6239322090 ਸਤਸੰਗਿਓ ਮੈਂ ਕਿਸੇ ਡੇਰਾਵਾਜ਼ ਨਾਲ ਨਹੀਂ ਜੁੜਿਆ ਹੋਇਆ ਨਾ ਕਿਸੇ ਮੇਰੇ ਕੋਈ ਪਖੰਡੀ ਸਾਧ ਨਾਲ ਕੋਈ ਲਿੰਕ ਹੈ ਮੇਰਾ ਸਿਰ ਲਿੰਕ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਮੇਰੇ ਕੋਲ ਦੋ ਗੁਰੂ ਗ੍ਰੰਥ ਸਾਹਿਬ ਦੇ ਭਾਗ ਹਨ ਅਤੇ ਭਾਈ ਗੁਰਦਾਸ ਜੀ ਦੀਆਂ 12 ਭਾਈ ਨੰਦ ਲਾਲ ਜੀ ਦੀਆਂ ਗਾਜ਼ਲਾਂ ਦੇ ਸਟਿੱਕ ਦਸਮ ਗੁਰੂ ਦੀ ਬਾਣੀ ਜਿਹੜੀ ਦਸਮ ਗੁਰੂ ਗ੍ਰੰਥ ਦਸਮ ਗ੍ਰੰਥ ਪਵਿੱਤਰ ਗ੍ਰੰਥ ਹੈ ਜੋ ਮੰਨਿਆ ਗਿਆ ਉਹਨਾਂ ਦੇ ਪੂਰੇ ਸਟਿੱਕ ਮੇਰੇ ਕੋਲ ਮੌਜੂਦਾ ਹਾਜ਼ਰ ਹਨ ਜੇ ਬਿਆਦਮੀ ਹੋਣੀ ਹੁੰਦੀ ਨਾ ਹੁਣ ਨੂੰ ਕਦੋਂ ਦੀ ਮੈਂ ਮੇਰੇ ਵਰਗਾ ਪਾਪੀ ਬੰਦਾ ਕਰ ਬੈਠਦਾ ਮੈਂ ਕਿਉਂ ਕਰਾਂਗਾ ਐਡਾ ਵੱਡਾ ਪਾਪ ਕਰਕੇ ਫਿਰ ਜਿਹੜੀ ਹੁਣ ਮੈਂ ਤਾਂ ਨਰਕ ਜਿੰਦਗੀ ਭੋਗੇ ਰਿਆ ਹਾਂ ਫਿਰ ਇਸ ਤੋਂ ਬਾਅਦ ਪਤਾ ਨਹੀਂ ਕਿੱਦਾਂ ਦਾ ਨਰਕ ਮੈਨੂੰ ਮਿਲੇਗਾ ਕਿੱਦਾਂ ਦਾ ਨਹੀਂ ਇਹ ਤੁਸੀਂ ਆਪ ਸਿਆਣੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਮੂਹ ਸੰਗਤਾਂ ਨੂੰ ਅਤੇ ਸਮੂਹ ਜਥੇਬੰਦੀਆਂ ਨੂੰ ਮੌਜੂਦਾ ਸਰਕਾਰ ਨੂੰ ਮੌਜੂਦਾ ਪੰਚਾਇਤ ਜੋ ਨਗਰ ਪੰਚਾਇਤ ਅਤੇ ਸਮੂਹ ਪ੍ਰਬੰਧਕ ਕਮੇਟੀ ਹੈ ਜੋ ਗੁਰਦੁਆਰਾ ਸਾਹਿਬ ਦੀ ਵੀ ਮੈਨੂੰ ਜਾਂ ਤਾਂ ਕੋਈ ਡਿਊਟੀ ਦਿੱਤੀ ਜਾਵੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਪੰਚਾਇਤ ਮੇਰਾ ਬਿਜਲੀ ਦਾ ਬਿਜਲੀ ਦਾ ਜੋ ਮੀਟਰ ਹੈ ਇਹ ਫ੍ਰੀ ਕਰਾਵੇ ਤੇ ਜਿਨ੍ਹਾਂ ਨੂੰ ਕੋਈ ਇਤਰਾਜ਼ ਸੀ ਨਾ ਵੀ ਫਲਾਣੇ ਬੰਦੇ ਤੇਰੀ ਛੱਤ ਨਾ ਬਦਲਣ ਤੁਸੀਂ ਆਪ ਬਦਲ ਦਿਓ ਵੀ ਸਿੰਘ ਸਾਹਿਬ ਜੀ ਮੇਰੀ ਬੇਨਤੀ ਆ ਸਮੂਹ ਸੰਗਤਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੈ ਮੈਂ ਨਹੀਂ ਬਦਲਾਉਂਦਾ ਉਹਨਾਂ ਤੋਂ ਵੀ ਤੁਸੀਂ ਆਪ ਬਦਲ ਦੋ ਜੇ ਬਹੁਤੀ ਤੁਹਾਡੇ ਅੰਦਰ ਅਣਖ ਜਾਗਦੀ ਹੈ ਗੈਰਤ ਜਾਗਦੀ ਹੈ ਜ਼ਮੀਰਾਂ ਜਾਗਦੀਆਂ ਹਨ ਮੈਂ ਤੁਹਾਡਾ ਹੁਕਮ ਸਿਰ ਮੱਥੇ ਮੰਨਾਂਗਾ ਨਿਤ ਬਾਣੀ ਦਾ ਜਪਾ ਜਾਪ ਹੀ ਚੱਲਦਾ ਰੂ ਇਸ ਕਮਰੇ ਦੇ ਵਿੱਚ ਤੁਸੀਂ ਮੇਰਾ ਕੋਈ ਹੀਲਾ ਕਰ ਦੋ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਜੀ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਦਾਸ ਗੁਰਚਰਨ ਸਿੰਘ ਦੀ ਫਤਿਹ ਵੀ ਪ੍ਰਵਾਨ ਹੋਵੇ ਅਤੇ ਬੇਨਤੀ ਵੀ ਜਰੂਰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਨੇ ਜੋ ਉਹਨਾਂ ਦੇ ਹਾਲਾਤ ਨੇ ਇਹਨਾਂ ਦਾ ਕਹਿਣਾ ਕਿ ਮੇਰੀ ਛੱਤ ਬਦਲੀ ਦਿੱਤੀ ਜਾਵੇ ਕਮਰੇ ਦੀ ਔਰ ਜਿੱਥੇ ਬਹਿ ਕੇ ਮੈਂ ਜਾਪ ਕਰਦਾ ਇੱਥੇ ਬਹਿ ਕੇ ਪਾਠ ਕਰਦੇ ਹਾਂ ਇਹਨਾਂ ਦੇ ਸਰਾਨੇ ਜੋ ਮੈਨੂੰ ਪਤਾ ਲੱਗਿਆ ਕਿ ਦਸਮ ਗ੍ਰੰਥ ਜਾਂ ਸ੍ਰੀ ਇਕ ਪੈਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਥੇ ਬਹਿ ਕੇ ਜਾਪ ਕਰਦੇ ਨੇ ਸੋ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਅਵੇਟ ਕਰ ਮੈਸੰਦੂ ਚੈਨਲ ਧੰਨਵਾਦ ਜੀ